डंके मारो। एक कार दे विच अचानक अग लगन दा मामला सामने आया जिस दियां तस्वीरां भी सामने आईयां ने जिस दे विच देखा जा सकता है कि एक कार धू धू के जल्दी नजर आ रही है। हालांकि यह हादसा पटियाला सरहंद रोड दे उत्ते वापर है ते हुण इस दी वीडियो सोशल मीडिया दे उत्ते भी काफी तेजी नाल वायरल हो रही है। कहा जा रहा है कि एक कार पटियाला तो सरहंद वल जा रही थी तां अचानक ही रास्ते दे विच इस दे इंजन चो पहला धुआं निकलन लगदा। हालांकि खतरे नूं देखते हुए जो चालक है ਉਹ ਤੁਰੰਤ ਗੱਡੀ ਦੇ ਵਿੱਚੋਂ ਦੀ ਬਾਹਰ ਆ ਜਾਂਦਾ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਇਹ ਕਾਰ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਰਾਹਗੀਰਾਂ ਦੇ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀਆਂ ਨੂੰ ਸੂਚਿਤ ਕੀਤਾ ਜਾਂਦਾ। ਫਾਇਰ ਬ੍ਰਿਗੇਡ ਦੀ ਗੱਡੀ ਦੇ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਖੁਦ ਬਿਆਨ ਕਰ ਰਹੀਆਂ ਨੇ ਕਿ ਅੱਗ ਕਿੰਨੀ ਭਿਆਨਕ ਰਹੀ ਹੋਵੇਗੀ ਜਿਸ ਦੇ ਵਿੱਚ ਇਹ ਸਾਰੀ ਗੱਡੀ ਸੜ ਕੇ ਸੁਆਹ ਹੋ ਗਈ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਅੱਗੇ ਮਾਰੋ। एक कार दे विच अचानक अग लगन दा मामला सामने आया जिस दियां तस्वीरां भी सामने आईयां ने जिस दे विच देखा जा सकता है कि एक कार धू धू के जल्दी नजर आ रही है। हालांकि यह हादसा पटियाला सरहंद रोड दे उत्ते वापर है ते हुण इस दी वीडियो सोशल मीडिया दे उत्ते भी काफी तेजी नाल वायरल हो रही है। कहा जा रहा है कि एक कार पटियाला तो सरहंद वल जा रही थी तां अचानक ही रास्ते दे विच इस दे इंजन चो पहला धुआं निकलन लगदा। हालांकि खतरे नूं देखते हुए जो चालक है ਉਹ ਤੁਰੰਤ ਗੱਡੀ ਦੇ ਵਿੱਚੋਂ ਦੀ ਬਾਹਰ ਆ ਜਾਂਦਾ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਇਹ ਕਾਰ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਰਾਹਗੀਰਾਂ ਦੇ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀਆਂ ਨੂੰ ਸੂਚਿਤ ਕੀਤਾ ਜਾਂਦਾ। ਫਾਇਰ ਬ੍ਰਿਗੇਡ ਦੀ ਗੱਡੀ ਦੇ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਖੁਦ ਬਿਆਨ ਕਰ ਰਹੀਆਂ ਨੇ ਕਿ ਅੱਗ ਕਿੰਨੀ ਭਿਆਨਕ ਰਹੀ ਹੋਵੇਗੀ ਜਿਸ ਦੇ ਵਿੱਚ ਇਹ ਸਾਰੀ ਗੱਡੀ ਸੜ ਕੇ ਸੁਆਹ ਹੋ ਗਈ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਅੱਗੇ ਮਾਰੋ। एक कार दे विच अचानक अग लगन दा मामला सामने आया जिस दियां तस्वीरां भी सामने आईयां ने जिस दे विच देखा जा सकता है कि एक कार धू धू के जल्दी नजर आ रही है। हालांकि यह हादसा पटियाला सरहंद रोड दे उत्ते वापर है ते हुण इस दी वीडियो सोशल मीडिया दे उत्ते भी काफी तेजी नाल वायरल हो रही है। कहा जा रहा है कि एक कार पटियाला तो सरहंद वल जा रही थी तां अचानक ही रास्ते दे विच इस दे इंजन चो पहला धुआं निकलन लगदा। हालांकि खतरे नूं देखते हुए जो चालक है ਉਹ ਤੁਰੰਤ ਗੱਡੀ ਦੇ ਵਿੱਚੋਂ ਦੀ ਬਾਹਰ ਆ ਜਾਂਦਾ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਇਹ ਕਾਰ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਰਾਹਗੀਰਾਂ ਦੇ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀਆਂ ਨੂੰ ਸੂਚਿਤ ਕੀਤਾ ਜਾਂਦਾ। ਫਾਇਰ ਬ੍ਰਿਗੇਡ ਦੀ ਗੱਡੀ ਦੇ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਖੁਦ ਬਿਆਨ ਕਰ ਰਹੀਆਂ ਨੇ ਕਿ ਅੱਗ ਕਿੰਨੀ ਭਿਆਨਕ ਰਹੀ ਹੋਵੇਗੀ ਜਿਸ ਦੇ ਵਿੱਚ ਇਹ ਸਾਰੀ ਗੱਡੀ ਸੜ ਕੇ ਸੁਆਹ ਹੋ ਗਈ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।